ਕਿ ਦਾਖਿਲ ਹੋ ਰਿਹਾ ਸੀ ਜਿਸ ਦੇ ਬੈਗ ਦੇ ਵਿੱਚ ਚੱਪਲਾਂ ਦਾ ਜੋੜਾ ਸੀ। ਇਹ ਹਰਪ੍ਰੀਤ ਸਿੰਘ ਨਾਮ ਦਾ ਵਿਅਕਤੀ ਜੋ ਕਿ ਗਵਾਲੀਅਰ ਤੋਂ ਆਇਆ, ਇਹ ਆਪਣੇ ਬੈਗ ਦੇ ਵਿੱਚ ਜੋੜੇ ਪਾ ਕੇ ਸ੍ਰੀ ਹਰਿਮੰਦਰ ਸਾਹਿਬ ਅੰਦਰ ਜਾ ਰਿਹਾ ਸੀ। ਸੇਵਾਦਾਰ 24 ਘੰਟੇ ਡਿਊਟੀ ਤੇ ਤੈਨਾਤ ਰਹਿੰਦੇ ਨੇ ਤਾਂ ਜੋ ਕੋਈ ਵੀ ਮਰਿਆਦਾ ਦਾ ਉਲੰਘਣ ਨਾ ਕਰ ਸਕੇ ਅਤੇ ਬੇਅਦਬੀ ਨਾ ਹੋ ਸਕੇ। ਪਰ ਮੌਕੇ ਤੇ ਜਦੋਂ ਸੇਵਾਦਾਰਾਂ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਇਸ ਵਿਅਕਤੀ ਨੂੰ ਰੋਕ ਕੇ ਇਸ ਦੀ ਬੈਗ ਦੀ ਚੈਕਿੰਗ ਕੀਤੀ ਤਾਂ ਇਸ ਦੇ ਬੈਗ ਦੇ ਵਿੱਚੋਂ ਇੱਕ ਚੱਪਲਾਂ ਦਾ ਜੋੜਾ ਮਿਲਿਆ। ਸੋ ਸੇਵਾਦਾਰਾਂ ਨੇ ਉਸ ਨੂੰ ਸਮਝਾਇਆ ਅਤੇ ਜੋੜੇ ਘਰ ਦੇ ਵਿੱਚ ਜੋੜਾ ਜਮ੍ਹਾਂ ਕਰਵਾਉਣ ਵਾਸਤੇ ਕਿਹਾ ਤੇ ਫਿਰ ਹਰਿਮੰਦਰ ਸਾਹਿਬ ਦੇ ਦਾਖਿਲ ਅੰਦਰ ਹੋਣ ਲਈ ਕਿਹਾ। ਸੋ ਸੰਗਤਾਂ ਨੂੰ ਮਰਿਆਦਾ ਦੇ ਨਾਲ ਜਾਣੂ ਕਰਵਾਉਣ ਵਾਸਤੇ ਸੇਵਾਦਾਰਾਂ ਦੀ ਡਿਊਟੀ ਲਗਾਈ ਗਈ ਹੈ ਤੇ ਵੱਖ ਵੱਖ ਥਾਵਾਂ ਤੇ ਪੋਸਟਰ ਵੀ ਲਗਾਏ ਗਏ ਨੇ। ਦਰਬਾਰ ਸਾਹਿਬ ਦੇ ਅੰਦਰ ਜਾਂਦੇ ਵਿਅਕਤੀ ਨੂੰ ਰੋਕਿਆ ਗਿਆ ਜੋ ਕਿ ਬੈਗ ਦੇ ਵਿੱਚ ਚੱਪਲਾਂ ਲੈ ਕੇ ਅੰਦਰ ਦਾਖਲ ਹੋ ਰਿਹਾ ਸੀ। ਸ਼ੱਕ ਪੈਣ ਤੇ ਸੇਵਾਦਾਰਾਂ ਨੇ ਵਿਅਕਤੀ ਦੇ ਬੈਗ ਦੀ ਤਲਾਸ਼ੀ ਲਈ ਅਤੇ ਸੇਵਾਦਾਰਾਂ ਦੀ ਚੌਕਸੀ ਕਾਰਨ ਬੇਅਦਬੀ ਹੋਣ ਤੋਂ ਰੋਕੀ ਜਾ ਸਕੀ।